ਸ਼ੁਰੂਆਤ ਮੈਂ ਇਸੇ ਵੀ ਨੀਤੀ ਕੀਤੀ ਸੀ ਅੱਜ ਮੈਨੂੰ ਪੂਰਾ ਸਾਲ ਹੋ ਗਿਆ। ਇਹ ਸੀ ਮੈਸਤੀ ਪਿੰਡਾਂ ਲਤਰਨਾਟ ਸਰ ਹੋ ਗਏ। ਜੀ ਮੈਂ ਗੰਡਵਾ ADHD movies ਤੋਂ ਮੇਰੀ ਸਟਾਰਟਿੰਗ ਹੋਈ ਸੀ। ਮੈਂ ਹੁਣ ਹੋਰ ਵੀ ਕੁਝ ਸੀ। ਤੁਸੀਂ ਕੋਟਕਪੂਰਾ ਛੱਡ ਕੇ ਇੱਧਰ ਸੰਗਰੂਰ ਦੇ ਵਿੱਚ ਜ਼ਿਆਦਾ ਕੰਮ ਕਰਦੇ ਹੋ। ਇਹਦੇ ਵਿੱਚ ਕੀ ਗੱਲ ਹੈ? ਅਗੀ ਵਿੱਚ ਆ ਵੀ ਨਵੀਂ ਕੁੜੀ ਆ ਗਈ ਮੰਮੀ ਜੇ ਇਹ ਕਰ ਸਕਦੀ ਮੈਂ ਵੀ ਤਾਂ ਕਰ ਸਕਦੀ ਆ ਮੈਨੂੰ ਵੀ ਲਾ ਦੋ ਜਿੰਨੇ ਮਰਜ਼ੀ ਐਜੂਕੇਟਡ ਹੋ ਜਾਈਏ ਜਾਂ ਜਿੱਥੇ ਮਰਜ਼ੀ ਚਲੇ ਜਾਈਏ ਤਾਂ ਮਤਲਬ ਕੁੜੀਆਂ ਨੂੰ ਜ਼ਿਆਦਾ ਇਸ ਲਾਈਨ ਦੇ ਵਿੱਚ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਕੁੜੀ ਤਾਂ ਜਿਹੜੀ ਲਾਈਨ 'ਚ ਮਰਜ਼ੀ ਜਾਵੇ ਡਾਕਟਰੀ ਲਾਈਨ ਹੋਗੀ ਪੁਲਿਸ ਦੀ ਲਾਈਨ ਹੋਗੀ ਕੋਈ ਵੀ ਲਾਈਨ ਆ ਉਹ ਮਾੜੀ ਹੀ ਵਜਦੀ ਆ ਕਹਿੰਦੇ ਜੀ ਰੱਬ ਦਾ ਰਤਵਾ ਆਪਣੀ ਥਾਂ ਤੇ ਯਾਰ ਦਾ ਰਤਵਾ ਵਕ ਰੱਬ ਨੂੰ ਤਰਸੇ ਆਤਮਾ ਤੇ ਯਾਰ ਨੂੰ ਤਰਸੇ ਅੱਖ ਦੁਨੀਆ ਵਿੱਚ ਵੜਮੁੱਲੇ ਦੋਵਾਂ ਦੇ ਦੀਦਾਰ ਸਭ ਤੋਂ ਮਹਿੰਗਾ ਸਭ ਤੋਂ ਔਖਾ ਇੱਕ ਖੁਦਾ ਇੱਕ ਯਾਰ ਇੱਕ ਖੁਦਾ ਇੱਕ ਯਾਰ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਮੈਂ ਅਮਨ ਛਾਜਲਾ ਤੇ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਵਾਰ ਕਿਸੇ ਨਾ ਕਿਸੇ ਦੇ ਨਾਲ ਮਿਲਦੇ ਰਹਿੰਦੇ ਆ ਮੁਲਾਕਾਤ ਕਰਦੇ ਰਹਿੰਦੇ ਆ ਤੇ ਉਹਨਾਂ ਦੀ ਜ਼ਿੰਦਗੀ ਦੇ ਸੰਘਰਸ਼ ਦੇ ਬਾਰੇ ਦੇ ਵਿੱਚ ਜਾਣਦੇ ਰਹਿੰਦੇ ਆ ਸੋ ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਮੁਲਾਕਾਤ ਕਰਾਂਗੇ ਮਨਪ੍ਰੀਤ ਦੇ ਨਾਲ ਮਨਪ੍ਰੀਤ ਸ਼ਾਰਟ ਮੂਵੀਜ਼ ਦੇ ਵਿੱਚ ਕੰਮ ਕਰਦੀ ਹੈ ਤੇ ਪੁੱਛਦੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਇਹਨਾਂ ਨੇ ਕਿੱਥੋਂ ਸ਼ੁਰੂਆਤ ਕੀਤੀ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਤੇ ਸਤਿ ਸ੍ਰੀ ਅਕਾਲ ਮਨਪ੍ਰੀਤ ਹੋਰ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਵਧੀਆ ਤੁਸੀਂ ਦੱਸੋ ਮੈਂ ਬਹੁਤ ਵਧੀਆ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੈਂ ਕੋਟਕਪੂਰੇ ਤੋਂ ਰਹਿਣ ਵਾਲੀ ਹਾਂ ਜ਼ਿਲ੍ਹਾ ਮੇਰਾ ਫਰੀਦਕੋਟ ਓਕੇ ਜੀ ਹਾਂਜੀ ਤੇ ਤੁਹਾਡਾ ਜਨਮ ਕੋਟਕਪੂਰੇ ਹੀ ਹੋਇਆ ਹੈ ਨਹੀਂ ਮੇਰਾ ਜਨਮ ਹੋਇਆ ਸੀ ਮੇਰੀ ਮਾਸੀ ਪਿੰਡ ਮੋਗੀ ਅੱਛਾ ਠੀਕ ਹੈ ਹਾਂਜੀ ਤੇ ਹੋਰ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਸਾਡੇ ਪਰਿਵਾਰ ਚਾ ਮੰਮੀ ਡੈਡੀ ਮੈਂ ਤੇ ਮੇਰੀ ਨਿੱਕੀ ਸਿਸਟਰ ਓਕੇ ਤੇ ਇਹ ਕਦੋਂ ਸ਼ੁਰੂਆਤ ਕੀਤੀ ਤੁਸੀਂ ਇਹ ਸ਼ਾਰਟ ਮੂਵੀਜ਼ ਦੇ ਵਿੱਚ ਕੰਮ ਕਰਨ ਦੀ ਇਹ ਸ਼ੁਰੂਆਤ ਮੈਂ ਇਸੇ ਮਹੀਨੇ ਚ ਕੀਤੀ ਸੀ ਅੱਜ ਮੈਨੂੰ ਪੂਰਾ ਸਾਲ ਹੋ ਗਿਆ ਅੱਛਾ ਠੀਕ ਹੈ ਅੱਜ ਮਤਲਬ ਅੱਜ ਹੀ ਪੂਰਾ ਸਾਲ ਹੋਇਆ ਹੈ ਅੱਜ ਦੇ ਦਿਨ ਮੇਰੀ YouTube ਤੇ ਫਰਸਟ ਮੂਵੀ ਆਈ ਸੀ। ਅੱਛਾ ਤੇ ਕਿਹੜੇ ਕਿਹੜੇ ਚੈਨਲਸ ਵਾਲਿਆਂ ਨਾਲ ਕੰਮ ਕਰਦੇ ਹੋ ਤੁਸੀਂ? ਆਲਮੋਸਟ ਹਾਂ ਤਾਂ ਮੈਂ ਸਾਰੇ ਚੈਨਲਾਂ ਨਾਲ ਹੀ ਕੰਮ ਕਰਦੀ ਆਂ। ਹੂੰ ਜਿਵੇਂ ਦੇਸੀ ਮਸਤੀ ਪਿੰਡਾਂ ਵਾਲੇ ਤਰਨਾਟ ਸਰ ਹੋਗੇ। ਜੀ ਫਿਰ ਮੈਂ ਗੰਡੂਆਂ ADHD ਮੂਵੀਸ ਤੋਂ ਮੇਰੀ ਸਟਾਰਟਿੰਗ ਹੋਈ ਸੀਗੀ। ਹੂੰ ਉਹ ਹੋਗੇ। ਹੂੰ ਬਾਕੀ ਸਾਰੇ ਆਲਮੋਸਟ ਸਾਰੇ ਚੈਨਲ ਹੀ ਹਰਿਆਊ ਵਾਲੇ ਹੋਗੇ। ਜੀ ਹਾਂਜੀ। ਤੇ ਇੱਕ ਨਾ ਐਦਾਂ ਹੁੰਦਾ ਮਨਪ੍ਰੀਤ ਵੀ ਤੁਸੀਂ ਕੋਟਕਪੂਰਾ ਛੱਡ ਕੇ ਇੱਧਰ ਸੰਗਰੂਰ ਦੇ ਵਿੱਚ ਜ਼ਿਆਦਾ ਕੰਮ ਕਰਦੇ ਹੋ ਇਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਸਾਡੇ ਵਾਲੀ ਸਾਈਡੇ ਕੰਮ ਹੀ ਨਹੀਂ ਹੈਗਾ ਕਿਸੇ ਨੂੰ ਨੌਲੇਜ ਹੀ ਨਹੀਂ ਹੈਗੀ ਇਸ ਕੰਮ ਦੀ ਅੱਛਾ ਹਾਂਜੀ ਨਹੀਂ ਥੀਏਟਰ ਵਗੈਰਾ ਤਾਂ ਉਧਰ ਬਹੁਤ ਜ਼ਿਆਦਾ ਫਲਰਿਸ਼ ਹੈ ਨਾ ਆ ਚੈਨਲ ਦੀ ਨੌਲੇਜ ਮਤਲਬ ਕਿਸੇ ਨੂੰ ਨਹੀਂ ਹੈਗੀ ਅਜੇ ਤੱਕ ਕਿਸੇ ਨੇ ਉਧਰ ਚੈਨਲ ਨਹੀਂ ਬਣਾਇਆ ਨਾ ਚਲਾਇਆ ਅੱਛਾ ਸਾਰੇ ਸਟਾਰ ਨਾ ਪਤਾ ਨਹੀਂ ਸੰਗਰੂਰੀ ਜ਼ਿਲ੍ਹੇ 'ਚ ਹੀ ਇਕੱਠੇ ਹੀ ਕਿਤੇ ਪਏ ਆ ਅਨ ਠੀਕ ਹੈ ਤੇ ਕਿੰਨੀਆਂ ਕ ਮੂਵੀਜ਼ ਦੇ ਵਿੱਚ ਕੰਮ ਕਰ ਚੁੱਕੇ ਹੋ ਹ ਹੁਣ ਤਾਂ ਮੈਨੂੰ ਲੱਗਦਾ ਅਣਗਿਣਤੀ ਹੋ ਗਈਆਂ ਕੋਈ ਗਿਣਤੀ ਨਹੀਂ ਹੈਗੀ ਅੱਛਾ ਤੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ ਹਨਾ ਹਾਂਜੀ ਤੇ ਮਤਲਬ ਜਿਵੇਂ ਆਪਾਂ ਚਾਹੇ ਜਿੰਨੇ ਮਰਜ਼ੀ ਐਜੂਕੇਟਿਡ ਹੋ ਜਾਈਏ ਜਾਂ ਜਿੱਥੇ ਮਰਜ਼ੀ ਚਲੇ ਜਾਈਏ ਤਾਂ ਮਤਲਬ ਕੁੜੀਆਂ ਨੂੰ ਜ਼ਿਆਦਾ ਇਸ ਲਾਈਨ ਦੇ ਵਿੱਚ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਕੀ ਤੁਹਾਡੇ ਨਾਲ ਐਵੇਂ ਹੋਇਆ ਨਹੀਂ ਮੈਂ ਐਵੇਂ ਕਹਾਂ ਮੇਰੇ ਨਾਲ ਇਹੋ ਜਿਹਾ ਕੁਝ ਨਹੀਂ ਹੋਇਆਗਾ ਹੂੰ ਮਤਲਬ ਮੇਰੀ ਮੰਮੀ ਨੇ ਡੈਡੀ ਨੇ ਸਾਡੇ ਰਿਲੇਟਿਵਸ ਨੇ ਸਾਰਿਆਂ ਨੇ ਮੈਨੂੰ ਟੋਟਲੀ ਬਹੁਤ ਸਪੋਰਟ ਕੀਤੀ ਐ ਜਿਹੜਾ ਵੀ ਮੈਂ ਕੰਮ ਨੂੰ ਮਤਲਬ ਕਰਨਾ ਚਾਹਾਂ ਜਾਂ ਜਿਹੜੇ ਵੀ ਕੰਮ ਨੂੰ ਹੱਥ ਪਾਵਾਂ ਕਦੇ ਵੀ ਮੈਨੂੰ ਨਾ ਨਹੀਂ ਹੋਈ ਅੱਛਾ ਕਿਉਂਕਿ ਇੱਕ ਤਾਂ ਮੈਨੂੰ ਐ ਸਮਝਦੇ ਆ ਵੀ ਮੇਰੀ ਭੈਣ ਤਾਂ ਮੇਰੇ ਤੋਂ ਐਵੇਂ ਕਮਾ 13 ਸਾਲਾਂ ਬਾਅਦ ਹੋਈ ਐ ਅੱਛਾ ਵੀ ਮੈਂ ਲਾਡਲੀ ਜੀ ਰਹੀ ਆ ਘਰ 'ਚ ਤਾਂ ਕਰਕੇ ਮੈਨੂੰ ਜ਼ਿਆਦਾ ਰੋਕ ਟੋਕ ਨਹੀਂ ਲੱਗੀ ਜੇ ਗੱਲ ਕਰੀਏ ਮਤਲਬ ਆਹ ਲਾਈਨ 'ਚ ਆਉਂਦੀ ਹਨਾ ਕੁੜੀ ਤਾਂ ਜਿਹੜੀ ਲਾਈਨ 'ਚ ਮਰਜੀ ਜਾਵੇ ਡਾਕਟਰੀ ਲਾਈਨ ਹੋਗੀ ਪੁਲਿਸ ਦੀ ਲਾਈਨ ਹੋ ਗਈ ਕੋਈ ਵੀ ਲਾਈਨ ਉਹ ਮਾੜੀ ਹੀ ਵੱਜਦੀ ਆ ਜੀ ਬਿਲਕੁਲ ਉਹ ਤਾਂ ਆਪਦੇ ਤੇ ਡਿਪੈਂਡ ਕਰਦਾ ਵੀ ਕਿਵੇਂ ਬਣ ਕੇ ਰਹਿਣਾ ਹੂੰ ਬਹੁਤ ਵਧੀਆ ਕਿਹਾ ਤੁਸੀਂ ਜੀ ਆਪਾਂ ਆਪ ਸਹੀ ਆ ਜੀ ਤਾਂ ਸਾਰੇ ਕੰਮ ਸਹੀ ਆ ਜੀ ਬਿਲਕੁਲ ਤੇ ਜੇ ਕੋਈ ਹਨਾ ਆਪਣੇ ਬਾਰੇ ਗਲਤ ਸੋਚਦਾ ਉਹ ਉਹਦੀ ਸੋਚ ਤੱਕ ਸੀਮਤ ਆ ਵੀ ਉਹਦੀ ਸੋਚ ਕੀ ਹੋ ਜੀ ਆ ਜੀ ਉਹਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਜੀ ਬਿਲਕੁਲ ਬਿਲਕੁਲ ਤੇ ਇਹ ਕਿੱਥੋਂ ਤੱਕ ਐਜੂਕੇਸ਼ਨ ਹੈ ਤੁਹਾਡੀ ਮਨਪ੍ਰੀਤਾ ਮੇਰੀ ਮੈਂ ਪਲੱਸ 2 ਹੀ ਕੀਤੀ ਆ ਓਕੇ ਇਦੋਂ ਬਾਅਦ ਮਤਲਬ ਪਲੱਸ 2 ਮੇਰੀ ਹੋਈ ਸੀਗੀ 2019 ਚ ਹੂੰ ਤੇ ਇਦੋਂ ਬਾਅਦ ਮੈਂ ਹਾਈਲਰਸ ਬਾਰੇ ਸੋਚਿਆ ਹੂੰ ਅਜੇ ਸੋਚਦੀ ਸੀ ਬਸ ਲੋਕਡਾਊਨ ਲੱਗ ਗਿਆ ਜੀ ਫਿਰ ਮੈਂ ਘਰੇ ਬੈਠੀ ਹੂੰ ਤੇ ਲੋਕਡਾਊਨ ਦੇ ਵਿੱਚ ਮਤਲਬ ਆ ਥੋੜਾ ਜਿਹਾ ਜਦੋਂ ਹਨਾ ਉਹ ਕਰੋਨਾ ਦਾ ਚੱਲ ਪਿਆ ਹੂੰ ਡੈਡੀ ਦਾ ਕੰਮ ਐਵੇਂ ਕਮਾ ਵਧੀਆ ਚੱਲਦਾ ਸੀ ਹੂੰ ਫਿਰ ਥੋੜੀ ਜਿਹੀ ਬਸ ਪ੍ਰੋਬਲਮ ਜੀ ਆਈ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਕੱਢਦੀ ਅੱਛਾ ਫਿਰ ਬਸ ਇਦੋਂ ਬਾਅਦ ਮੈਂ ਸਟੱਡੀ ਵੱਲ ਧਿਆਨ ਹੀ ਨਹੀਂ ਦਿੱਤਾ ਮੈਂ ਇੱਧਰ ਹੀ ਹੋ ਗਈ ਬਸ ਕੰਮਕਾਰ ਚ ਆਵਦੇ ਅੱਛਾ ਵਿਜੇ ਹੁਣ ਇੱਕ ਜਾਨੇ ਸੀ ਕਰੇ ਕਮਾਉਣ ਵਾਲਾ ਵਿਜੇ ਉਹ ਕਰੇ ਬੈਠ ਗਏ ਤਾਂ ਫਿਰ ਹੁਣ ਆਪ ਨੂੰ ਤਾਂ ਕਰਨੀ ਪੈਣਾ ਕੋਈ ਨਾ ਕੋਈ ਕੰਮ ਫਿਰ ਮੈਂ ਲੱਗ ਗਈ ਸੀ ਅੱਛਾ ਫਿਰ ਤੁਹਾਨੂੰ ਕਿਵੇਂ ਕੰਟੈਕਟ ਕਿਵੇਂ ਹੋਇਆ ਤੁਹਾਡਾ ਇੱਧਰ ਸੰਗਰੂਰ ਵਾਲੇ ਏਰੀਏ ਦੇ ਵਿੱਚ ਇਹ ਨਾ ਮੇਰੇ ਮੰਮੀ YouTube ਤੇ ਨਾ ਮੂਵੀਜ਼ ਬਣੀਆਂ ਦੇਖਦੇ ਹੁੰਦੇ ਸੀ ਅੱਛਾ ਇਹੀ ਵਾਲੀਆਂ ਸ਼ਾਰਟ ਮੂਵੀਜ਼ ਜਦੋਂ ਉਹਨਾਂ ਨੇ ਕੋਈ ਵੀ ਮੂਵੀ ਲਾਉਣੀ ਨਾ ਮੈਂ ਕਹਿਣਾ ਆਹ ਵੀ ਨਵੀਂ ਕੁੜੀ ਆ ਗਈ ਵਿੱਚ ਆਹ ਵੀ ਨਵੀਂ ਕੁੜੀ ਆ ਗਈ ਮੰਮੀ ਜੇ ਇਹ ਕਰ ਸਕਦੀ ਹੈ ਮੈਂ ਵੀ ਤਾਂ ਕਰ ਸਕਦੀ ਆ ਮੈਨੂੰ ਵੀ ਲਾ ਦਿਓ ਐਵੇਂ ਕੋਮਾ ਵੈਸੇ ਪਹਿਲੀ ਵਾਰ ਮੇਰੀ ਮੰਮੀ ਨਹੀਂ ਮੰਨੀ ਸੀਗੀ ਫਿਰ ਮੈਂ ਚੈਨਲ ਵਾਲਿਆਂ ਦੇ ਜਿਨ੍ਹਾਂ ਦੇ ਮੰਮੀ ਜਿਆਦਾ ਦੇਖਦੀ ਸੀ ਉਹਨਾਂ ਦੀ ਨਾ ਉਹ ਡਿਸਕ੍ਰਿਪਸ਼ਨ ਜੀ ਚੈੱਕ ਕੀਤੀ ਮੈਂ ਕਿਹਾ ਉਹਦੇ ਵਿੱਚ ਪੱਕਾ ਕੋਈ ਨਾ ਕੋਈ ਨੰਬਰ ਦਿੱਤਾ ਹੋਣਾ ਫਿਰ ਮੈਂ ਕਾਲ ਕੀਤੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਨੂੰ ਕੰਮ ਆਉਂਦਾ ਮੈਂ ਕਿਹਾ ਆਉਂਦਾ ਨਹੀਂ ਹੈਗਾ ਪਰ ਮੈਂ ਕਰ ਲੂੰਗੀ ਅੱਛਾ ਫਿਰ ਉਹ ਮੈਨੂੰ ਕਹਿੰਦੇ ਵੀ ਚਲੋ ਠੀਕ ਆ ਉਹਨਾਂ ਨੇ ਐਡਰੈਸ ਵਗੈਰਾ ਦੱਸਿਆ ਵੀ ਤੁਸੀਂ ਆ ਜਾਓ ਹਮ ਨੈਕਸਟ ਡੇ ਮੈਂ ਚਲੀ ਗਈ ਸੀ ਤੇ ਚਲੋ ਮੈਂ ਫਰਸਟ ਮੂਵੀ ਕੀਤੀ ਹਨਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਫਰਸਟ ਟਾਈਮ ਦਾ ਜੀ ਉਹ ਮੂਵੀ ਮੇਰੀ ਫੇਸਬੁੱਕ ਤੇ 1 ਮਿਲੀਅਨ ਗਈ ਤੇ YouTube ਤੇ 4 ਲੱਖ ਤੋਂ ਪਲੱਸ ਗਈ ਚਲੇ ਦੂ ਬਾਅਦ ਤਾਂ ਰੱਬ ਦੀ ਕਿਰਪਾ ਨਾਲ ਮੇਰਾ ਕੰਮ ਹੀ ਨਹੀਂ ਬਣਦੀ ਨਹੀਂ ਹੋਇਆ ਗਾ ਚੱਲੀ ਹੀ ਜਾਂਦਾ ਅੱਛਾ ਮਤਲਬ ਤੁਸੀਂ ਪਹਿਲਾਂ ਬਚਪਨ ਦੇ ਵਿੱਚ ਨਹੀਂ ਸੋਚਿਆ ਸੀਗਾ ਕਿ ਮੈਂ ਐਕਟਿੰਗ ਲਾਈਨ 'ਚ ਜਾਣਾ ਨਹੀਂ ਮੈਂ ਇਹ ਨਹੀਂ ਸੋਚਿਆ ਸੀਗਾ ਹੂੰ ਕੀ ਸੁਪਨਾ ਸੀਗਾ ਫਿਰ ਜਦੋਂ ਆਪਾਂ ਛੋਟੇ ਹੁੰਨੇ ਹਾਂ ਬਹੁਤ ਸਾਰੇ ਸੁਪਨੇ ਦੇਖਦੇ ਹਾਂ ਹਨਾ ਵੀ ਮੈਂ ਇਹ ਬੰਨਣਾ ਹੈ ਉਹ ਬੰਨਣਾ ਹੈ ਕਿਸ ਨੂੰ ਆ ਹੁੰਦਾ ਮੈਂ ਆਰਟਿਸਟ ਬਣਾ ਕਿਸ ਨੂੰ ਆ ਹੁੰਦਾ ਮੈਂ ਇੰਜੀਨੀਅਰ ਡਾਕਟਰ ਵੈਸੇ ਤਾਂ ਸਟਾਰਟਿੰਗ ਤੋਂ ਹੀ ਜਿਵੇਂ ਸਕੂਲ ਕਾਲਜ ਚ ਜਦੋਂ ਵੀ ਸੀ ਹਨਾ ਆਪਾਂ ਤੇ ਸਕੂਲ ਚ ਮੇਰਾ ਜਿਆਦਾ ਧਿਆਨ ਤਾਂ ਇਧਰਲੇ ਕੰਮਾਂ ਚ ਹੁੰਦਾ ਸੀ ਆ ਡਾਂਸ ਚ ਗਿੱਧੇ ਚ ਪੰਗੜੇ ਚ ਵੈਰੀ ਪ੍ਰਿੰਸੀਪਲ ਵੀ ਕਹਿ ਦਿੰਦੀ ਸੀ ਜਦੋਂ ਵੀ ਸਟੇਜ ਤੇ ਕੋਈ ਪਰਫਾਰਮੈਂਸ ਹੋਣੀ ਨਾ ਮੈਂ ਪਹਿਲਾਂ ਆ ਜਾਣਾ ਅੱਗੇ ਚਾਰ ਚਾਰ ਪੰਜ ਪੰਜ ਗਾਣਿਆਂ ਚ ਹੋਣਾ ਮੇਰੀ ਪ੍ਰਿੰਸੀਪਲ ਨੇ ਟੀਚਰਾਂ ਨੂੰ ਕਹਿ ਕੇ ਹਟਾਉਣਾ ਵੀ ਇਹਨੂੰ ਅੱਗੇ ਤੋਂ ਲਾਏ ਹੋਣਾ ਅੱਛਾ ਇਹੀ ਹੁੰਦੀ ਆ ਜਦੋਂ ਵੇਖੋ ਅੱਗੇ ਬਸ ਉਦੋਂ ਤੋਂ ਥੋੜਾ ਜਿਹਾ ਮੈਨੂੰ ਸ਼ੌਂਕ ਸੀਗਾ ਹੂੰ ਵੀ ਜਿਵੇਂ ਹੁਣ ਹੁਣ ਤਾਂ ਬਾਲਾ ਹੁਣ ਤਾਂ ਦਿਲਚਸਪੀ ਮੇਰੀ ਬਾਲੀ ਵਧ ਗਈ ਇਹਨਾ ਨਹੀਂ ਸੀਗਾ ਜਦੋਂ ਮੈਂ ਸਟਾਰਟਿੰਗ ਚ ਸੀਗੀ ਅੱਛਾ ਤੇ ਹੁਣ ਸੁਪਨਾ ਸੀ ਮੇਰਾ ਬਸ ਆਹੀ ਜਿਹੜਾ ਹੁਣ ਸਾਰਿਆਂ ਦਾ ਆਈਲੈਂਡਸ ਕਰਕੇ ਬਾਹਰ ਜਾਣਾ ਨੰ ਠੀਕ ਹੈ ਤੇ ਮਨਪ੍ਰੀਤ ਜਦੋਂ ਆਪਾਂ ਇਦਾਂ ਇਧਰ ਵਾਲੀ ਲਾਈਨ ਦੇ ਵਿੱਚ ਆ ਜਾਂਦੇ ਆ ਹਨਾ ਬਹੁਤ ਸਾਰੇ ਰਿਸ਼ਤੇਦਾਰ ਆਪਣੇ ਅਗੇਂਸਟ ਹੋ ਜਾਂਦੇ ਆ ਲਾਈਕ ਕਿ ਤੁਸੀਂ ਕੁੜੀ ਕਿਹੜੇ ਕੰਮਾਂ ਦੇ ਵਿੱਚ ਪਾਤੀ ਕੀ ਇਹ ਗੱਲਾਂ ਹੋਈਆਂ ਨੇ ਇਹ ਗੱਲਾਂ ਮੇਰੀਆਂ ਪੰਜ ਮਾਸੀਆਂ ਪੰਜ ਮਾਸੀਆਂ ਚੋਂ ਤਿੰਨ ਮਾਸੀਆਂ ਨੇ ਕਦੇ ਵੀ ਮੇਰੀ ਨਾ ਤਾਂ ਤਾਰੀਫ਼ ਕੀਤੀ ਐ ਨਾ ਬਰਾਈ ਕੀਤੀ ਆ ਵੀ ਇਹ ਕੰਮ ਵਧੀਆ ਕਰੀ ਜਾਂਦੀ ਆ ਜਾਂ ਇਹ ਕੰਮ ਘਟੀਆ ਕਰੀ ਜਾਂਦੀ ਆ ਓਕੇ ਉਹਨਾਂ ਨੇ ਮੈਨੂੰ ਕਦੇ ਵੀ ਕੁਝ ਕਿਹਾ ਦੋ ਮਾਸੀਆਂ ਮੈਨੂੰ ਪੂਰੀ ਸਪੋਰਟ ਕਰਦੀਆਂ ਜੀ ਮੇਰੀਆਂ ਤੇ ਜਿਹੜੇ ਸਾਡੇ ਨਾਨਕੇ ਆ ਨਾਨਕੇ ਸਾਨੂੰ ਸ਼ੁਰੂ ਤੋਂ ਮਤਲਬ ਸਾਡੇ ਨਾਲ ਵਰਤਦੇ ਨਹੀਂ ਹੈਗੇ ਅੱਛਾ ਮਾਮੇ ਦੀ ਕੁੜੀ ਵੀ ਆਈ ਗਈ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਨਾਨੀ ਨੂੰ ਨਾਨੀ ਸਾਡੇ ਅਲੀ ਐ ਨਾਨੀ ਕਹਿੰਦੀ ਵੀ ਮੈਨੂੰ ਤੇਰੀ ਮੰਮੀ ਕਹਿੰਦੀ ਮਾਵਾ ਹਾਂ ਮੰਨੂ ਕਿਹੜੇ ਕੰਮ ਚ ਲੱਗ ਗਈ ਕਹਿੰਦੀ ਮਤਲਬ ਉਹਨਾਂ ਨੇ ਨਾ ਉਹਨਾਂ ਨੂੰ ਜੈਲਸੀ ਹੋਈ ਕਿਤੇ ਨਾ ਕਿਤੇ ਉਹਨਾਂ ਨੇ ਗਾਂ ਦੇ ਗਾਂ ਵੀਡੀਓ ਮਗਾ ਮਗਾ ਦੇਖੀਆਂ ਫਿਰ ਉਹਨਾਂ ਨੇ ਗਾਂ ਆਪਦੀ ਕੁੜੀ ਦੇ ਸੌਰੀ ਭੇਜੀਆਂ ਵੀ ਆਹ ਦੇਖ ਤੇਰੀ ਭੂਆ ਦੀ ਕੁੜੀ ਐ ਲੱਗੀ ਫਿਲਮਾਂ ਚ ਅੱਛਾ ਬਸ ਉਹਨਾਂ ਨੇ ਥੋੜੀ ਜਿਹੀ ਕੀਤੀ ਸੀਗੀ ਨਹੀਂ ਕਿਸੇ ਨੇ ਨਹੀਂ ਕੀਤੀ ਤੇ ਇਹ ਕਦੇ ਤੁਹਾਨੂੰ ਐ ਲੱਗਿਆ ਵੀ ਜਿਵੇਂ ਜਦੋਂ ਆਪਾਂ ਸਕੂਲ ਦੇ ਵਿੱਚ ਹੁੰਨੇ ਆ ਵੀ ਤੁਸੀਂ ਜਿਹੜੇ ਤੁਹਾਡੇ ਨਾਲ ਦੇ ਫਰੈਂਡਸ ਵਗੈਰਾ ਸੀ ਉਹਨਾਂ ਨੇ ਤੁਹਾਨੂੰ YouTube ਤੇ ਦੇਖ ਕੇ ਕਦੇ ਕੋਈ ਕਾਲ ਕੀਤੀ ਹੋਵੇ ਵੀ ਯਾਰ ਤੂੰ ਤਾਂ ਬਹੁਤ ਅੱਗੇ ਸਨੀ ਹਾਂ ਸਾਰੇ ਕਰਦੇ ਆ ਅੱਛਾ ਬਹੁਤ ਪੁਰਾਣੀਆਂ ਤੋਂ ਪੁਰਾਣੀਆਂ ਸਹੇਲੀਆਂ ਮੈਂ ਨਾ ਪਲੱਸ 1 ਚ ਆਪਦੀ ਮਾਸੀ ਕੋਲੇ ਲੱਗੀ ਸੀ ਪੜਨ ਉੱਥੇ ਮੈਨੂੰ ਜਿਹੜੇ ਸਕੂਲ ਚ ਮੈਂ ਲੱਗੀ ਸੀਗੀ ਉੱਥੇ ਬਹੁਤ ਸੇਲੀਆਂ ਸੀ ਮੇਰੀਆਂ ਮੂਗਾ ਸਾਈਡ ਦੀਆਂ ਸੀ ਸਾਰੀਆਂ ਹੁਣ ਉਹਨਾਂ ਦੇ ਮੈਨੂੰ ਇੰਸਟਾ ਤੇ ਮੈਸੇਜ ਆਉਂਦੇ ਹੁੰਦੇ ਆ ਵੀ ਤੂੰ ਤਾਂ ਯਾਰ ਅਗੇ YouTube ਤੇ ਜਿੱਦੇ ਦੇਖੀ ਦੀਏ ਤੇਰੀ ਕੋਈ ਨਾ ਕੋਈ ਤਿੰਨ ਤਿੰਨ ਚਾਰ ਚਾਰ ਫਿਲਮਾਂ ਆਈਆਂ ਪਿੰਗਾ ਹੁੰਦੀਆਂ ਤੂੰ ਸਾਈ ਹੀ ਨਹੀਂ ਲੈਂਦੀ ਅਕੇ ਅੱਛਾ ਹਾਂ ਫਰੈਂਡਸ ਤਾਂ ਮੈਨੂੰ ਬਹੁਤ ਮਿਲੇ ਆ ਪੁਰਾਣੇ ਤੋਂ ਪੁਰਾਣੇ ਵੀ ਜਿਨ੍ਹਾਂ ਦੇ ਮੈਸੇਜ ਆਉਂਦੇ ਆ ਜੀ ਤੇ ਜਦੋਂ ਆਪਾਂ ਮੂਵੀਜ਼ ਦੇਖਦੇ ਆ ਹਨਾ ਆਪਾਂ ਜਦੋਂ ਐਕਟਿੰਗ ਕਰਦੇ ਆ ਤਾਂ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਵਧੀਆ ਤੋਂ ਵਧੀਆ ਜਣੀਆਂ ਮੂਵੀਜ਼ ਨੇ ਉਹ ਦੇਖੀਏ ਤੇ ਕੀ ਸੋਚਿਆ ਸੀ ਤੁਸੀਂ ਹੁਣ ਵੀ ਆ ਕੀ ਸੋਚਦੇ ਹੋ ਵੀ ਮੈਂ ਕਿਹਦੇ ਵਰਗੀ ਐਕਟਿੰਗ ਕਰਾਂ ਮੈਨੂੰ ਵੈਸੇ ਜੇ ਮੈਂ ਗੱਲ ਕਰਾਂ ਹਨਾ ਆਪਣੇ ਪੰਜਾਬੀ ਐਕਟ੍ਰੈਸ ਚੋਂ ਤਾਂ ਮੈਨੂੰ ਪਸੰਦ ਆ ਜ਼ਿਆਦਾ ਨਿਮਰਤ ਖੈਰਾ ਓਕੇ ਇੱਕ ਤਾਂ ਉਹ ਬੜੇ ਸਿੰਪਲ ਤੇ ਉਹਦੀ ਸਾਦਗੀ ਹਨਾ ਜਿਵੇਂ ਹੁਣ ਕੋਈ ਵੀ ਆ ਜੇ ਕੋਈ ਵੀ ਐਕਟਰ ਆ ਜਾਂ ਐਕਟ੍ਰੈਸ ਆ ਉਹ ਜਦੋਂ ਇਸ ਲਾਈਨ ਚ ਆਉਂਦਾ ਪਹਿਲਾਂ ਤਾਂ ਉਹਦਾ ਪਤਾ ਹੀ ਆਪਾਂ ਨੂੰ ਪਹਿਰਾਵਾ ਕੇਜਾ ਹੁੰਦਾ ਬਾਅਦ ਚੋ ਚੇਂਜ ਹੋ ਜਾਂਦਾ ਪਰ ਉਹ ਜਿਵੇਂ ਆ ਮਤਲਬ ਵੀ ਉਵੇਂ ਦੱਸਦੀ ਆ ਬਸ ਜਿਵੇਂ ਹੈਗੀ ਆ ਓਕੇ ਮੈਨੂੰ ਬਸ ਉਹੀ ਪਸੰਦ ਆ ਅੱਛਾ ਬਸ ਉਹਨਾ ਉਗੋ ਹੀ ਬੰਨਾ ਚਾਹੁੰਦੀ ਆ ਮੈਂ ਤਾਂ ਬਸ ਸਿੰਪਲ ਤੇ ਉਵੇਂ ਹੀ ਰਹਿਣਾ ਚਾਹੁੰਦੀ ਆ ਜੀ ਤੇ ਮਨਪ੍ਰੀਤ ਜਦੋਂ ਆਪਾਂ ਫਿਰ ਪੂਰੀ ਤਰ੍ਹਾਂ ਹੈਨਾ ਆਈ ਗਏ ਹੁਣ ਤਾਂ ਕੀ ਤੁਹਾਨੂੰ ਕਦੇ ਕਿਸੇ ਹੋਰ ਫੀਚਰ ਫਿਲਮ ਦੀ ਆਫਰ ਆਈ ਆ 1 ਸਾਲ ਹੋ ਗਿਆ तकरीबन ਤੁਹਾਨੂੰ ਕੰਮ ਕਰਦਿਆਂ ਨੂੰ ਤੇ ਜੇਕਰ ਆਪਾਂ ਦੇਖੀਏ ਨਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਤੇ ਗਿਨੇ-ਚੁਨੇ ਫੀਮੇਲ ਆਰਟਿਸਟ ਨੇ ਬਸ ਉਹੀ बार-बार ਘੁਮਾਫਰਾ ਕਿ ਉਹੀ ਫਿਲਮਾਂ ਦੇ ਵਿੱਚ ਆਈ ਜਾਂਦੇ ਨੇ ਤੇ ਇਹ ਜਿਹੜੇ ਨਵੇਂ ਆਰਟਿਸਟ ਨੇ ਜਿਵੇਂ ਆਪਾਂ ਕਹਿ ਦਿੰਨੇ ਕਿ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਕਿ ਤੁਹਾਨੂੰ ਮਿਲਿਆ ਕੋਈ ਆਫਰ ਆਈ ਆ ਔਰ ਫਤ ਫਿਲਹਾਲ ਮੈਨੂੰ ਵੈਬ ਸੀਰੀਜ਼ ਲਈ ਜਾਂ ਫੀਚਰ ਫਿਲਮ ਲਈ ਹਨਾ ਆਉਂਦੀ ਆ ਪਰ ਉਹ ਜਦੋਂ ਕਹਿੰਦੇ ਆ ਨਾ ਵੀ ਚੰਡੀਗੜ੍ਹ ਆਜੋ ਜੀ ਆਪਾਂ ਪਹਿਲਾਂ ਮੀਟਿੰਗ ਕਰਾਂਗੇ ਐ ਕਰਾਂਗੇ ਫਿਰ ਮੈਂ ਉੱਥੋਂ ਚੀਜ਼ ਕਾ ਜਾਨੀ ਆ ਮੈਂ ਫਿਰ ਪਿੱਛੇ ਹੋ ਜਾਨੀ ਆ اچھا ਨਹੀਂ ਕੋਈ ਨਹੀਂ ਹਜੇ ਕੀ ਹਜੇ YouTube ਤੇ ਕੰਮ ਕਰੀ ਜਾਂਦੇ ਆ ਬਸ ਠੀਕ ਆ اچھا ਧਨੋ ਇਹ ਵੀ ਮੈਂ ਥੋੜਾ ਜਿਹਾ ਹਲੇ ਹੋਰ ਅੱਗੇ ਚਲੇ ਜਾਵਾਂ ਹਜੇ ਮੈਂ ਮਤਲਬ ਆਪਦੇ ਆਪ ਨੂੰ ਇੰਨੇ ਚੋ ਗੋ ਹੋ ਨਹੀਂ ਕਰਦੀ ਪਈ ਵੀ ਸਮਝਦੀ ਜੇ ਨਹੀਂ ਕਿ ਵੀ ਮੈਂ ਇੱਥੋਂ ਤੱਕ ਪਹੁੰਚ ਜੂ ਤਾਂ ਐ ਬਸ ਮੈਨੂੰ ਆਇਆ ਵੀ ਜਿੰਨਾ ਕੋ ਮੇਰਾ YouTube ਤੇ ਚੱਲੀ ਜਾਂਦਾ ਠੀਕ ਆ ਓਕੇ ਤੇ ਮਨਪ੍ਰਿਤ ਇੱਕ ਹੋਰ ਹੁੰਦਾ ਆ ਕਿ ਇੱਕ ਤਾਂ ਆਪਾਂ ਹੋਣਾ ਹੈ ਨਾ ਅੱਜ ਤੋਂ 1 ਸਾਲ ਪਹਿਲਾਂ ਤੁਸੀਂ ਸੋਚਿਆ ਸੀਗਾ ਕਿ ਮੈਂ ਇੱਥੋਂ ਤੱਕ ਵੀ ਮੇਰੀਆਂ ਮੂਵੀਜ਼ ਆਉਣਗੀਆਂ ਜਾਂ ਮੈਂ ਇੱਥੋਂ ਤੱਕ ਪਹੁੰਚਾਂਉ ਨਹੀਂ ਮੈਂ ਨਹੀਂ ਸੋਚਿਆ ਸੀਗਾ ਮੈਂ ਸੱਚੀ ਦੱਸਾਂ ਜਦੋਂ ਲੋਕਡਾਊਨ ਲੱਗਿਆ ਸੀ ਹਨਾ ਸਾਡੇ ਉਧਰ ਬਠਿੰਡਾ ਸਾਈਡ ਜਿੱਦੇ ਫੈਕਟਰੀ ਆ ਧਾਗਾ ਮਿਲ ਤੇ ਮੇਰੀ ਆਂਟੀ ਜਾਂਦੇ ਹੁੰਦੇ ਸੀਗੇ ਸਾਡੇ ਪਿੰਡੋਂ ਮੈਂ ਘਰੇ ਆ ਹੀ ਫਿਰਦੀ ਰਹਿਣਾ ਬੇਲੀ ਜੀ ਤੇ ਜਦੋਂ ਫਿਰ ਡੈਡੀ ਦੀ ਰਿਪੋਰਟ ਆਈ ਤੇ ਉਹ ਆਂਟੀ ਨੇ ਮੰਮੀ ਨੂੰ ਕਿਹਾ ਵੀ ਮੰਨੇ ਇੱਥੇ ਕਰੇ ਵੇਲੀ ਫਿਰਦੀ ਰਹਿੰਦੀ ਆ ਵੀ ਇਹਨੂੰ ਲਾ ਦੋ ਹਨਾ ਉੱਥੇ ਵਾਧੂ ਕੁੜੀਆਂ ਇਹਦਾ ਮਨ ਲੱਗ ਜਾਊਗਾ ਹੂੰ ਚਲ ਮਨ ਲੱਗ ਗਈ ਤੇ ਇਸ ਤੋਂ ਬਾਅਦ ਨਾ ਉੱਥੇ ਬਾਰਾ-ਬਾਰਾ ਘੰਟੇ ਡਿਊਟੀ ਕਰਨੀ ਹਨਾ ਇੰਨੀ ਗਰਮੀ ਹੁੰਦੀ ਸੀਗੀ ਮੈਂ ਅੱਕ ਜੇ ਜਾਂਦੀ ਸੀਗੀ ਕਈ ਵਾਰ ਇਦਾਂ ਮੈਂ ਮੰਮੀ ਨੂੰ ਬਿਨਾਂ ਦੱਸੇ ਛੁੱਟੀ ਮਾਰਦੇ ਨਹੀਂ ਮੰਮੀ ਨੇ ਪੁੱਛਣਾ ਡਿਊਟੀ ਗਈਆਂ ਹਾਂ ਗਈਆਂ ਅੱਛਾ ਐਂ ਕਹਿ ਦੇਣਾ ਵੀ ਗਈਆਂ ਤੇ ਉੱਥੇ ਮੈਨੂੰ ਕੰਮ ਬਹੁਤ ਔਖਾ ਲੱਗਣਾ ਮੈਂ ਨਾ ਇਹੀ ਸੋਚੀ ਆਣਾ ਵੀ ਮੈਂ ਕਦੋਂ ਨਿਕਲੂਗੀ ਇਸ ਕੰਮ ਚੋਂ ਵੀ ਇੱਥੇ ਹੀ ਫਸ ਕੇ ਰਹਿ ਜੂ ਮੈਂ ਕਿਉਂਕਿ ਕੁੜੀਆਂ ਨੂੰ ਬਹੁਤ ਸਾਲ ਹੋ ਗਏ ਉੱਥੇ 10 10 ਸਾਲ 15 15 ਸਾਲ ਹੋ ਗਏ ਲੱਗੀਆਂ ਉਹਨੂੰ ਤੇ ਫਿਰ ਨਾ ਬਸ ਇੱਕ ਵਾਰੀ ਮੈਂ ਛੁੱਟੀ ਲੈ ਕੇ ਘਰੋਂ ਤੇ ਉੱਥੋਂ ਫੈਕਟਰੀ ਜੋ ਘਰੇ ਵਗ ਗਈ ਘਰੇ ਜਾ ਕੇ ਮੰਮੀ ਮੈਨੂੰ ਤੀਜੇ ਚੌਥੇ ਦਿਨ ਕਹਿੰਦੇ ਵੀ ਤੇਰੀਆਂ ਛੁੱਟੀਆਂ ਤਾਂ ਤਿੰਨ ਚਾਰ ਹੀ ਸੀ ਤੂੰ ਹੁਣ ਵੀ ਜਾਵਣਾ ਤਾਂ ਹਣ ਦੀਕਦੇ ਹੋਣਿਆ ਹਣਾ ਡਿਊਟੀ ਤੇ ਵੀ ਉਹ ਵੀ ਔਖੇ ਹੁੰਦੇ ਹੈਗੇ ਮੈਂ ਕਿਹਾ ਵੀ ਨਾ ਮੈਂ ਤਾਂ ਜਾਣਾ ਨਹੀਂ ਮੈਂ ਲੱਗਣਾ ਨਹੀਂ ਉੱਥੇ ਮੇਰੇ ਤੋਂ ਕੰਮ ਨਹੀਂ ਹੁੰਦਾ ਮੈਂ ਕਿਹਾ ਮੈਂ ਬਹੁਤ ਔਖੀ ਹੋ ਕੇ ਸਾਲ ਪੂਰਾ ਕਰ ਲਿਆ ਹੁਣ ਨਹੀਂ ਲੱਗਣਾ ਮਮਮੀ ਕਹਿੰਦੀ ਫਿਰ ਘਰੇ ਵਿਹਲੇ ਬੈਠੀ ਕੀ ਕਰੇਗੀ ਵੀ ਇਹ ਡੈਡੀ ਨੂੰ ਤੇਰਾ ਹੀ ਤਾਂ ਆਸਰਾ ਆਖੇ ਨਹੀਂ ਤਾਂ ਐਂ ਕਹਿੰਦੇ ਰਹਿੰਦੇ ਸੀਗੇ ਜੇ ਅਖੇ ਮੁੰਡਾ ਹੁੰਦਾ ਡੈਡੀ ਡੈਡੀ ਕਈ ਵਾਰੇ ਬੈਠੇ ਕਹਿ ਦਿੰਦੇ ਆ ਜੇ ਅਖੇ ਮੁੰਡਾ ਹੁੰਦਾ ਨਾ ਅੱਜ ਨੂੰ ਮੇਰੇ ਬਰਾਬਰ ਦਾ ਹੁੰਦਾ ਕਮਾਉਣ ਵਾਲਾ ਹੁੰਦਾ ਫਿਰ ਉਹ ਫਿਰ ਕਿਤੇ ਨਾ ਕਿਤੇ इमोशनल ਬਲੈਕਮੇਲ ਜਣੀ ਹੁੰਦਾ ਘਰਦਿਆਂ ਦਾ ਉਹ ਕਰਦੇ ਸੀਗੇ ਤੇ ਫਿਰ ਮੈਂ ਸੋਚਿਆ ਵੀ ਕੋਈ ਨਾ ਕੋਈ ਮੰਨੇ ਇਹੋ ਜੀ ਸਕੀਮ ਲਾ ਵੀ ਕੰਮ ਵੀ ਤੈਨੂੰ ਮਿਲ ਜਾਵੇ ਪਰ ਹੋਵੇ ਵੀ ਸੌਖਾ ਤੇ ਹੋਵੇ ਵੀ ਤੇਰੇ ਮਨਪਸੰਦ ਦਾ ਹਨਾ ਬਸ ਫਿਰ ਤਾਂ ਮੈਂ ਇੱਧਰ ਹੀ ਕਾਲ ਕੀਤੀ ਸੀ ਸਿੱਧੀ ਅੱਛਾ ਹੋਰ ਕੋਈ ਕੰਮ ਮੈਨੂੰ ਦਿਸਿਆ ਨਹੀਂ ਮੈਂ ਕਿਹਾ ਮੈਂ ਇੱਧਰ ਹੀ ਐਕਟਿੰਗ ਹੀ ਕਰਨੀ ਆ ਅੱਛਾ ਤੇ ਫਿਰ ਜਦੋਂ ਤੁਸੀਂ ਹੁਣ 1 ਸਾਲ ਪਹਿਲਾਂ ਆਪਣੇ ਆਪ ਨੂੰ ਨਹੀਂ ਦੇਖਿਆ ਸੀ ਇੱਥੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਜਿਵੇਂ ਆਉਣ ਵਾਲੇ 1 ਸਾਲ ਦੇ ਵਿੱਚ ਗੱਲ ਕਰ ਲਈਏ ਦੇਖੋ ਇਹ ਤਾਂ ਹੁਣ ਬਾਬੇ ਹੱਥਾ ਕਿੱਥੇ ਲੈ ਕੇ ਜਾਂਦੇ ਆ ਠੀਕ ਹੈ ਤੇ ਮਨਪ੍ਰਿਤ ਕਿਹੜੀ ਮੂਵੀ ਹੈ ਤੁਹਾਡੀ ਆਪਣੀ ਜਿਹੜੀ ਤੁਹਾਨੂੰ ਆ ਲੱਗਦਾ ਵੀ ਬਹੁਤ ਵਧੀਆ ਹੈ ਤੁਹਾਡੀ ਮਨਪਸੰਦ ਹੋਵੇ ਅੱਛਾ ਮੇਰੀ ਮਨਪਸੰਦ ਮੇਰੀ ਮਨਪਸੰਦ ਵੈਸੇ ਤਾਂ ਮੈਂ ਕੋਈ ਮੂਵੀ ਹਜੇ ਤੱਕ ਇਹੋ ਜੀ ਕੀਤੀ ਨਹੀਂ ਜਿਹੜੀ ਵਧੀਆ ਨਾ ਹੋਵੇ ਜਾਂ ਪਰਿਵਾਰਿਕ ਨਾ ਹੋਵੇ ਆਲਮੋਸਟ ਸਾਰੇ ਦੇਖ ਸਕਦੇ ਆ ਮੇਰੀ ਵੀਡੀਓ ਹਨਾ ਜਿੰਗੇ ਮੈਂ ਪਰਿਵਾਰੀ ਕੀ ਕੀਤੀਆਂ ਸ਼ੁਰੂ ਤੋਂ ਓਕੇ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਆ ਮੇਰੀ ਮੂਵੀ ਪੂਆ ਬਚੋਲਣ ਵੈਬ ਸੀਰੀਜ਼ ਜਿਹੜੀ ਸਾਡੀ ਹਰੀਆਊ ਵਾਲੇ ਚੈਨਲ ਤੇ ਚੱਲਦੀ ਆ ਅੱਛਾ ਹਾਂਜੀ ਠੀਕ ਐ ਮਨਪ੍ਰਿਤ ਕਿਸ ਤਰ੍ਹਾਂ ਦੀਆਂ ਮੂਵੀਜ਼ ਨੇ ਜਿਹੜੀਆਂ ਤੁਹਾਨੂੰ ਕਰਨੀਆਂ ਪਸੰਦ ਨੇ ਕਈ ਵਾਰ ਇਹ ਆ ਹੁੰਦਾ ਨਾ ਵੀ ਥ੍ਰਿਲਰ ਹੁੰਦੀਆਂ ਨੇ ਐਕਸ਼ਨ ਹੁੰਦੀਆਂ ਨੇ ਸ਼ਾਰਟ ਮੂਵੀਜ਼ ਦੇ ਵਿੱਚ ਵੀ ਅੱਜਕੱਲ ਬਹੁਤ ਕੁਝ ਆ ਰਿਹਾ ਜੇਕਰ ਆਪਾਂ ਦੇਖੀਏ ਤਾਂ ਵੈਰਾਈਟੀ ਸਿਰਫ ਘਰਾਨੀ ਦਰਾਨੀਆਂ ਜਠਾਣੀਆਂ ਦੇ ਇਹਨਾਂ ਦੇ ਚੱਕਰਾਂ ਚੋਂ ਬਾਹਰ ਨਿਕਲ ਕੇ ਅੱਜਕੱਲ ਬਹੁਤ ਕੁਝ ਆ ਰਿਹਾ ਹੈ ਕਿ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਵੀ ਤੁਹਾਨੂੰ ਟਰਾਈ ਕਰਨਾ ਚਾਹੀਦਾ ਜਾਂ ਤੁਹਾਨੂੰ ਪਸੰਦ ਨਹੀਂ ਉਸ ਤਰ੍ਹਾਂ ਦੀਆਂ ਮੂਵੀਜ਼ ਐਕਸ਼ਨ ਮੂਵੀਜ਼ ਤਾਂ ਮੈਨੂੰ ਪਸੰਦ ਨੇ ਮਤਲਬ ਉਹਦੇ ਚ ਪੂਰਾ ਦਵੰਗ ਰੋਲ ਹੋਵੇ ਵੀ ਇਹਨੂੰ ਕੁੱਟ ਦੇ ਫੜ ਕੇ ਵੈਸੇ ਕੁੱਟਦਾਵੇਂ ਝੰਬਦਾ ਬੰਦੇ ਨੂੰ ਤੇ ਉਹਵੇਂ ਗੁੱਸੇ ਵਾਲੀਆਂ ਹਨਾ ਆ ਦਰਾਣੀ ਟਹਾਣੀ ਵਾਲੀਆਂ ਮੈਂ ਵੈਸੇ ਬਹੁਤ ਘੱਟ ਕੀਤੀਆਂ ਮੇਰੀਆਂ ਤਾਂ ਜ਼ਿਆਦਾ ਇਮੋਸ਼ਨਲ ਸਟੋਰੀਆਂ ਹੀ ਬਣੀਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਓਕੇ ਤੇ ਤੁਹਾਨੂੰ ਪਸੰਦ ਹੈ ਵੈਰਾਈਟੀ ਆਫ ਰੋਲਸ ਨੇਗੇਟਿਵ ਸ਼ੇਡਸ ਹੋਣ ਚਾਹੀਏ ਪੋਜ਼ਿਟਿਵ ਸ਼ੇਡਸ ਹੋਣ ਹਾਂ 네ਗੇਟਿਵ ਕਿਸੇ ਹੱਦ ਤੱਕ ਮਤਲਬ ਜਿੱਥੋਂ ਤੱਕ ਮੈਨੂੰ ਸਹੀ ਲੱਗਦਾ ਵੀ ਹਾਂ ਮੇਰਾ ਪਰਿਵਾਰ ਦੇਖ ਸਕਦਾ ਏ 네ਗੇਟਿਵ ਰੋਲ ਮੇਂ ਕਰੀ ਜਾਨੀਆ ਉਹ ਕਰਦੀ ਆ ਮੈਂ ਜੋ ਕੋਈ ਜ਼ਿਆਦਾ ਇਹ ਹੋ ਜਾਉਂਦਾ ਤਾਂ ਨਹੀਂ ਤੇ ਜ਼ਿਆਦਾਤਰ ਮੇਰੇ ਆਲਮੋਸਟ ਸਾਰੀਆਂ ਫਿਲਮਾਂ ਚ ਪੋਜ਼ਿਟਿਵ ਰੋਲ ਹੈ ਓਕੇ ਤੇ ਪਹਿਲੀ ਫਿਲਮ ਚ ਕਿਹੜੀ ਜੇ ਕੰਮ ਕੀਤਾ ਸੀ ਤੁਸੀਂ ਪਹਿਲੀ ਫਿਲਮ ਸੀ ਮੇਰੀ ਆਰ ਡੀ ਐਚ ਮੂਵੀਸ ਤੇ ਉਹ ਗੰਡੂਆਂ ਦੇ ਆ ਉਹਨਾਂ ਦੀ ਫਿਲਮ ਮੇਰੀ ਸੀਗੀ ਬਹੂ ਦਾ ਬੰਦ ਕਮਰਾ ਓਕੇ ਤੇ ਕੀ ਸੀਗਾ ਤੁਹਾਡਾ ਉਹਦੇ ਵਿੱਚ ਕਰੈਕਟਰ ਉਹਦੇ ਚ ਮੇਰਾ ਸੀ ਪਰਜਾਈ ਦਾ ਕਰੈਕਟਰ ਸੀ ਕੁੜੀ ਦੀ ਹੂੰ ਮਤਲਬ ਬਸ ਵੀ ਬਹੁਤ ਵਧੀਆ ਸਟੋਰੀ ਮੈਸੇਜ ਬਹੁਤ ਵਧੀਆ ਸੀ ਸਟੋਰੀ ਚ ਹੂੰ ਕੁੜੀ ਨੇ ਕੋਈ ਇਹੋ ਜੀ ਗਲਤੀ ਕੀਤੀ ਹੁੰਦੀ ਹੈ ਵੀ ਉਹ ਪਰਜਾਈ ਸਮਝਾਉਂਦੀ ਆ ਲਾਸਟ ਤੇ ਸਾਰੇ ਪਰਿਵਾਰ ਨੂੰ ਸਮਝਾਉਂਦੀ ਆ ਓਕੇ ਤੇ ਹਾਂ ਜੇ ਇਹਨੇ ਕੋਈ ਗਲਤੀ ਕਰਤੀ ਇਹ ਥੋੜੀ ਆ ਵੀ ਆਪਾਂ ਇਹਨੂੰ ਹੁਣ ਕਮਰੇ ਚ ਜਾਨਵਰ ਵਾਂਗੂ ਬੰਦ ਕਰਕੇ ਰੱਖਾਂਗੇ ਹੂੰ 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 ਚਲੋ ਉਹ ਤਾਂ ਸਾਰੇ ਜਦੋਂ ਆਡੀਅנס ਨੇ ਦੇਖੀ ਸੀ ਬਹੁਤ ਪਿਆਰ ਕੀਤਾ ਸਾਰਿਆਂ ਨੇ ਬਹੁਤ ਵਧੀਆ ਸੀ ओके ਤੇ ਇੱਕ ਨਾ ਜਦੋਂ ਆਪਾਂ ਇਸ ਲਾਈਨ ਦੇ ਵਿੱਚ ਹੁਣ ਆ ਗਏ ਹਨਾ ਬਹੁਤ ਸਾਰੇ ਲੋਕ ਹੁੰਦੇ ਆ ਦੁਨੀਆ ਦੇ ਵਿੱਚ ਤੁਹਾਨੂੰ ਪੋਜ਼ਿਟਿਵ ਕਹਿਣ ਵਾਲੇ 네ਗੇਟਿਵ ਕਹਿਣ ਵਾਲੇ ਕਈ ਤਰ੍ਹਾਂ ਦੇ ਕਮੈਂਟਸ ਆ ਜਿਹੜੇ ਉਹ ਕਰਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਕਮੈਂਟ ਵਾਲਿਆਂ ਨੂੰ ਆਪਾਂ ਤਾਂ ਕਿਸੇ ਦਾ ਮੂਹ ਫੜ ਨਹੀਂ ਸਕਦੇ ਚਾਹੇ ਆਪਾਂ ਚੰਗਾ ਰੋਲ ਵੀ ਕਰੀ ਜਾਂਦੇ ਆ ਜਿਨੇ ਮਾੜਾ ਬੋਲਣਾ ਨਾਲ ਉਹਨੇ ਬੋਲ ਕੇ ਹੀ ਜਾਣਾ ਕਿਉਂਕਿ ਉਹਦੀ ਫਿਤਰਤ ਹੀ ਬੰਦੇ ਦੀ ਸ਼ੁਰੂ ਤੋਂ ਹੀ ਇਹੋ ਜੀ ਹੁੰਦੀ ਆ ਹੂੰ ਉਹ ਉਹਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਰਹੀ ਗੱਲ ਕਮੈਂਟਾਂ ਦੀ ਹਜੇ ਤੱਕ ਮੈਨੂੰ ਬਹੁਤ ਘੱਟ ਨੈਗੇਟਿਵ ਕਮੈਂਟ ਆਇਆ ਓਕੇ ਹਾਂਜੀ ਕਿਉਂਕਿ ਉਹ ਹਨਾ ਵੈਸੇ ਤਾਂ ਸਾਰੇ ਬੰਦੇ ਜਿਹੜੇ ਕਮੈਂਟ ਕਰਦੇ ਆ ਹੂੰ ਕੋਈ ਕੋਈ ਟਾਵਾਂ ਟੱਲਾ ਇਹ ਜਿਹੜਾ ਬੰਦੇ ਤੇ ਕਮੈਂਟ ਕਰਦਾ ਏ ਨਹੀਂ ਤਾਂ ਆਲਮੋਸਟ ਸਾਰੇ ਨਾ ਜਿਹੜੇ ਨੈਗੇਟਿਵ ਕਮੈਂਟ ਆਉਂਦੇ ਆ ਜਾਂ ਪੋਜ਼ਿਟਿਵ ਕਮੈਂਟ ਆਉਂਦੇ ਉਹ ਕਰੈਕਟਰ ਨੂੰ ਵੇਖ ਕੇ ਹੀ ਕਰਦੇ ਆ ਜੀ 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 ਇਹ ਤਾਂ ਹੈ ਦੇਖੋ ਪਹਿਲਾਂ ਤਾਂ ਹੁੰਦਾ ਹੈ ਨਾ ਜਿਹੜੀ ਸੁਸਾਇਟੀ ਦੇ ਵਿੱਚ ਜਾਂ ਜਿਹੜੇ ਸਮਾਜ ਦੇ ਵਿੱਚ ਆਪਾਂ ਰਹਿੰਦੇ ਆ ਨੋ ਡਾਊਟ ਆਪਾਂ ਨੂੰ ਪਤਾ ਹੀ ਹੈ ਕਿ ਚਾਹੇ ਆਪਾਂ ਜਿੱਥੇ ਮਰਜ਼ੀ ਚਲੇ ਜਾਈਏ ਕਿ ਆਪਾਂ ਨੂੰ ਇਹਨਾਂ ਗੱਲਾਂ ਦਾ ਸਾਹਮਣਾ ਹਮੇਸ਼ਾ ਕਰਨਾ ਪਊਗਾ ਜਿਵੇਂ ਤੁਸੀਂ ਕਹਿ ਕੇ ਤੁਹਾਡੇ ਫਾਦਰ ਸਾਹਿਬ ਨੇ ਕਹਿ ਦਿੱਤਾ ਸੀਗਾ ਕਿ ਜੇ ਮੁੰਡਾ ਹੁੰਦਾ ਮੇਰੇ ਬਰਾਬਰ ਦਾ ਹੁੰਦਾ ਹੁਣ ਕਮਾਉਂਦਾ ਹੈਨਾ ਵੀ ਮੇਰਾ ਹੱਥ ਵਟਾਉਂਦਾ ਤੇ ਹੁਣ ਤਾਂ ਤੁਸੀਂ ਕਮਾਉਣ ਲੱਗਿਓ ਹੁਣ ਫਾਦਰ ਸਾਹਿਬ ਨੂੰ ਇਦਾਂ ਤਾਂ ਨਹੀਂ ਫੀਲ ਹੁੰਦਾਗਾ ਵੀ ਮੈਂ ਉਦੋਂ ਸਾਰਾ ਕੁਝ ਗਲਤ ਕਿਹਾ ਸੀਗਾ ਵੀ ਜਾਂ ਵੀ ਮੇਰੀ ਬੱਚੀ ਨੂੰ ਫੀਲ ਹੋਇਆ ਹੋਣਾ ਕਿਤੇ ਨਾ ਕਿਤੇ ਨਹੀਂ ਐਵੇਂ ਕਹਵਾ ਡੈਡੀ ਮੇਰੇ ਇੰਨੇ ਸੋਚਣ ਵਾਲੇ ਤਾਂ ਹੈ ਨਹੀਂ ਵੀ ਚਲ ਕਦੇ ਨਾ ਕਦੇ ਬੰਦੇ ਦੇ ਬੈਠੇ ਦੇ ਮਨ ਚ ਆ ਜਾਂਦੇ ਆ ਖਿਆਲ ਹਨਾ ਹੁਣ ਤਾਂ ਉਹ ਜੇ ਮੈਂ ਕਹਦਾ ਨਾ ਰਾਤ ਨੂੰ ਮੈਂ 11 ਵਜੇ ਪਹੁੰਚਦੀ ਆ ਡੈਡੀ ਆ ਕੇ ਲੈ ਜਾਓ ਚਾਰ-ਚਾਰ ਗੇੜੇ ਲੱਗਦੇ ਉਹਨਾਂ ਨੇ ਕਦੇ ਨਹੀਂ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਲੇਟ ਆਉਣੀ ਆ ਤੂੰ ਐਂ ਕਰਦੀ ਆ ਨਾ ਉਹਨਾਂ ਨੇ ਕਦੇ ਮੈਨੂੰ ਐਂ ਪੁੱਛਿਆ ਵੀ ਮੰਨੇ ਤੇਰੀ ਕੀ ਸਿਸਟਮ ਆ ਤੇਰਾ ਤੇਰੀ ਪੇਮੈਂਟ ਕਿੰਨੀ ਆ ਗਈ ਕਿੰਨੀ ਨਹੀਂ ਆ ਗਈ ਕਦੇ ਵੀ ਨਹੀਂ ਪੁੱਛਿਆ ਬਸ ਮੈਂ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਸੀ ਮੈਂ ਕਿ ਡੜੀ ਹੁਣ ਤੱਕ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਹੀ ਕਰੋ ਘਰੇ ਬੈਠ ਜਾਓ ਭਾਵੇਂ ਅੱਛਾ ਹੁਣ ਕਿਤੇ ਨਾ ਕਿਤੇ ਮੰਮੀ ਕੋਲੇ ਕਰ ਦਿੰਦੇ ਆ ਗੱਲ ਹੂੰ ਵੀ ਮੰਨੇ ਤਾਂ ਆਪਣੀ ਉਹ ਵੀ ਸਾਰੇ ਕਬੀਲਦਾਰੀ ਚੱਕ ਲਏ ਨੇ ਮੈਨੂੰ ਲੱਗਦਾ ਸੀ ਵੀ ਇਹ ਤਾਂ ਬਸ ਐਵੇਂ ਹੀ ਆ ਅੱਛਾ ਆ ਹੀ ਲਾਡ ਲਪੁਨੇ ਜੀ ਰੱਖਾਂਗੇ ਆਪਾਂ ਤਾਂ ਇਹਨੂੰ ਵੀ ਐਂ ਹੀ ਬਣ ਕੇ ਰਹਿ ਜੂ ਲਾਡਲੀ ਜੀ ਵੀ ਇਹਨੇ ਇੰਨਾ ਕੁਝ ਕਰਨਾ ਨਹੀਂਗਾ ਹੁਣ ਜਿੱਥੇ ਵੀ ਕੋਈ ਵੀ ਕੰਮ ਕਰਨਾ ਡੈਡੀ ਪਹਿਲਾਂ ਮੈਨੂੰ ਪੁੱਛਦੇ ਆ ਫੋਨ ਲਾ ਕੇ ਵੀ ਆ ਕੰਮ ਆਪਾਂ ਐਂ ਕਰ ਲਗੇ ਮੰਨੇ ਅੱਛਾ ਕੋਈ ਵੀ ਚੀਜ਼ ਘਰੇ ਨਵੀਂ ਲੈ ਕੇ ਆਉਣੀ ਹੈ ਕਿਸੇ ਨੂੰ ਪੈਸੇ ਦੇਣੇ ਆ ਕੁਝ ਵੀ ਕਰਨਾ ਮੰਮੀ ਨੂੰ ਨਹੀਂ ਪੁੱਛਣਾ ਪਹਿਲਾਂ ਮੈਨੂੰ ਪੁੱਛਣਾ ਅੱਛਾ ਤੇ ਤੁਹਾਨੂੰ ਇੱਕ ਹੋਰ ਹੈ ਨਾ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਥੋੜੀ ਆਉਣ ਜਾਣ ਦੀ ਦਿੱਕਤ ਨਹੀਂ ਹੁੰਦੀ ਵੀ ਕੋਟਕਪੂਰੇ ਤੋਂ ਤੁਸੀਂ ਇੱਧਰ ਆਉਣੇ ਹੋ ਸੰਗਰੂਰ ਵਾਲਾ ਦਿੱਕਤ ਬਹੁਤ ਹੁੰਦੀ ਆ ਪਰ ਚਲੋ ਕੋਈ ਨਹੀਂ ਹਮ ਆ ਪੜਾਉਂ ਤਾਂ ਹੁੰਦਾ ਹੀ ਰਹਿੰਦਾ ਸਟਰਗਲ ਤਾਂ ਕਰਨਾ ਹੀ ਪੈਂਦਾਗਾ ਆਉਣ ਜਾਣ ਦੀ ਅਸਲ ਮੈਨੂੰ ਹੋਰ ਤਾਂ ਕਾਸੇ ਚ ਹੈ ਨਹੀਂ ਹੁਣ ਅਮਨ ਢਿਲੂ ਆ ਹਨਾ ਮਾਨਸਾ ਉਹਨਾਂ ਦੇ ਚੈਨਲ ਤੇ ਮੈਂ ਲਗਾਤਾਰ 2 ਮਹੀਨੇ ਕੰਮ ਕੀਤਾ ਤੇ 1 ਮਹੀਨਾ ਮੈਂ ਆ ਪੜਾਉਂ ਕਰਦੀ ਰਹੀ ਰਾਤ ਨੂੰ ਮੈਂ 11 ਵਜੇ ਪਹੁੰਚਣਾ ਸਵੇਰ 9 ਵਜੇ ਨੂੰ ਮੈਂ ਮਾਨਸਾ 11 ਵਜੇ ਪਹੁੰਚਣਾ 9 ਵਜੇ ਨੂੰ ਮਾਨਸਾ ਹੂੰ ਫਿਰ ਉਹਦੋਂ ਵੈਸੇ ਗੁੱਸਾ ਵੀ ਹੁੰਦਾ ਹੁੰਦਾ ਸੀ ਵੀ ਆ ਕਿਹੜਾ ਕੰਮ ਫੜ ਲਿਆ ਘਰੇ ਹੀ ਨਹੀਂ ਟਿਕਿਆ ਜਾਂਦਾ ਹਾਂਜੀ ਹਾਂ ਤੇ ਇਹ ਕਈ ਵਾਰੀ ਨਾ ਇਦਾਂ ਹੋ ਜਾਂਦਾ ਜਿਵੇਂ ਆਪਾਂ ਇੱਕ ਚੈਨਲ ਨੂੰ ਛੱਡ ਕੇ ਦੂਸਰੇ ਚੈਨਲ ਵਾਲਿਆਂ ਨਾਲ ਕੰਮ ਕਰਦੇ ਆ ਤਾਂ ਉਹ ਜਿਹੜੇ ਪਿੱਛੇ ਵਾਲੇ ਚੈਨਲ ਵਾਲੇ ਹੁੰਦੇ ਆ ਉਹਨਾਂ ਨੂੰ ਥੋੜੀ ਇਦਾਂ ਹੁੰਦਾ ਵੀ ਵੀ ਨਹੀਂ ਤੁਸੀਂ ਸਾਡੇ ਨਾਲ ਹੀ ਜੁੜ ਕੇ ਰਹੋ ਵੀ ਸਾਡੇ ਨਾਲ ਹੀ ਕੰਮ ਕਰੋ ਨਹੀਂ ਮੈਂ ਸਾਰੇ ਚੈਨਲ ਵਾਲਿਆਂ ਨਾਲ ਬੌਂਡਿੰਗ ਹੀ ਆਪਦੀ ਇਸ ਤਰੀਕੇ ਦੀ ਬਣਾਈ ਹੋਈ ਹੈ ਵੀ ਕੋਈ ਵੀ ਗੁੱਸਾ ਨਹੀਂ ਕਰ ਸਕਦਾ ਮੇਰੇ ਸਾਨੂੰ ਵਰਪ ਨੇ ਐਵੇਂ ਕਹਤਾ ਅੱਛਾ ਹੂੰ ਕਿ ਜਿਸ ਤਰ੍ਹਾਂ ਦਾ ਤੁਹਾਡਾ ਟਾਈਮ ਉਹਨਾਂ ਦਾ ਹੁੰਦਾ ਹੈ ਵੀ ਇਹ ਸਾਨੂੰ ਹੁਣ ਤੁਹਾਡਾ ਟਾਈਮ ਚਾਹੀਦਾ ਤਾਂ ਤੁਸੀਂ ਅਵੇਲੇਬਲ ਹੋ ਜੇ ਨਾ ਹੋਵੋ ਕਦੇ ਬਾਈ ਜਾਨ ਮੈਂ ਨਹੀਂ ਹੁੰਦੀ ਅਵੇਲੇਬਲ ਮੈਂ ਉਹਨਾਂ ਨੂੰ ਕਹਿ ਦਿੰਦੀ ਆ ਉਹ ਕਹਿਣਗੇ ਵੀ ਸਟੋਰੀ ਅਸੀਂ ਤੇਰੇ ਨਾਲ ਹੀ ਕਰਨੀ ਆ ਮੈਂ ਕਹਿ ਦਿੰਨੀ ਆ ਵੀ ਇਹ ਸਟੋਰੀ ਤੁਸੀਂ ਆਪਦੀ ਰੱਖ ਲਓ ਤੁਸੀਂ ਹੋਰ ਸਟੋਰੀ ਕਰ ਲਓ ਹੋਰ ਆਰਟਿਸਟ ਨਾਲ ਮੇਰੇ ਨਾਲ ਜਦੋਂ ਮੈਂ ਫ੍ਰੀ ਹੋਈ ਉਦੋਂ ਕਰ ਲਿਓ ਓਕੇ ਇੰਨੀ ਕੁ ਬੌਂਡਿੰਗ ਤਾਂ ਮੈਂ ਬਣਾ ਕੇ ਰੱਖੀ ਆ ਕੱਲੇ ਚੈਨਲ ਵਾਲਿਆਂ ਨਾਲ ਨਹੀਂ ਚੈਨਲ ਵਾਲਿਆਂ ਦੀਆਂ ਫੈਮਲੀਆਂ ਨਾਲ ਵੀ ਮੈਂ ਇੰਨਾ ਕੁਲੀ ਮਿਲੀ ਹੋਈ ਆ ਨਾ ਵੀ ਕੋਈ ਮੈਨੂੰ ਇਹ ਨਹੀਂ ਕਹਿ ਸਕਦਾ ਵੀ ਇਹ ਬਾਹਰ ਦੀ ਕੁੜੀ ਆਈ ਹੋਈ ਆ ਅੱ ਵੀ ਤੁਹਾਨੂੰ ਫੀਲ ਨਹੀਂ ਹੁੰਦਾ ਹੈਗਾ ਕਿ ਤੁਸੀਂ ਆਪਣੇ ਘਰੋਂ ਬਾਹਰ ਹੋ। ਨਾ ਮੈਨੂੰ ਜਮਾਂ ਫੀਲ ਨਹੀਂ ਹੁੰਦਾ ਵੀ ਮੈਂ ਆਪਣੇ ਘਰੋਂ ਬਾਹਰ। ਜੀ। ਸ਼ੂਟਿੰਗ ਤੇ ਬਹੁਤ ਸਾਰੇ ਇਨਸੀਡੈਂਟਸ ਇਦਾਂ ਦੇ ਹੁੰਦੇ ਆ ਵੀ ਜਿਹੜੇ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਇਹ ਆਪਣੀ ਜ਼ਿੰਦਗੀ ਦੇ ਯਾਦਗਾਰ ਪਲ ਨੇ। ਕੀ ਕੋਈ ਹੈਗਾ ਇਹੋ ਜਿਹਾ? ਬਹੁਤ। ਮੇਰੇ ਤਾਂ ਵਾਲੇ ਆ। ਹੂੰ। ਮਤਲਬ ਕੋਈ ਵੀ ਸੀਨ ਹੋਣਾ ਜਾਂ ਤੱਕ ਕਈ ਵਾਰੀ ਕਿਸੇ ਦੀ ਜ਼ੁਬਾਨ ਨਹੀਂ ਪਲਟਦੀ ਆਣਾ ਉਹ ਅੜ ਜੇ ਜਾਂਦਾਗਾ। ਉਸ ਗੱਲ ਨੂੰ ਲੈ ਕੇ ਹਾਂ ਪੰਬੜ। ਉਸ ਗੱਲ ਨੂੰ ਲੈ ਕੇ ਮੈਂ ਬਹੁਤ ਹੱਸਦੀ ਆਂ। ਜਾਂ ਤੇ ਮੇਰੇ ਤੋਂ ਕੋਈ ਗਲਤੀ ਹੋ ਵੀ ਤਾਂ ਵੀ ਮੈਂ ਬਹੁਤ ਹੱਸਦੀ ਆ ਜੋ ਕੋਈ ਲੜੀ ਜਾਂਦਾ ਹਨਾ ਮੈਂ ਅਗਲੇ ਦਾ ਫੇਸ ਹੀ ਦੇਖੀ ਜਾਂਦੀ ਵੀ ਉਹ ਕਿਹੋ ਜਿਹਾ ਬਣਾਈ ਜਾਂਦਾ ਮੈਂ ਤਾਂ ਵੀ ਹੱਸ ਪੈਣੀ ਆ ਚਲਦੇ ਸੀਨ ਚ ਹੱਸ ਪੈਣੀ ਆ ਫਿਰ ਘੰਟਾ ਘੰਟਾ ਸੀਨ ਨਹੀਂ ਹੁੰਦਾ ਜਦੋਂ ਮੈਂ ਸੀ ਜਾਨੀ ਆ ਸੀ ਜਾਨੀ ਆ ਓਕੇ ਤੇ ਮੀਨਸ ਕਿ ਤੁਸੀਂ ਹੱਸ ਹੱਸ ਕੇ ਕਰਦੇ ਹੋ ਸਾਰਾ ਕੁਝ ਹਾਂ ਜੀ ਸ਼ੁਰੂ ਤੋਂ ਚਾਹੇ ਜਿੰਨੀ ਮਰਜ਼ੀ ਪ੍ਰੋਬਲਮ ਆ ਜੇ ਮੇਰੀ ਲਾਈਫ ਚ ਜਿੰਨੀ ਮਰਜ਼ੀ ਸੀਰੀਅਸ ਕੰਡੀਸ਼ਨ ਹੋਵੇ ਮੈਂ ਹਮੇਸ਼ਾ ਹੱਸ ਕੇ ਫੇਸ ਕੀਤਾ ਹਰ ਕੰਡੀਸ਼ਨ ਨੂੰ ਜੀ ਕੀ ਕਹਿਣਾ ਚਾਹੋਗੇ ਮਨਪ੍ਰੀਤ ਜਾਂਦੇ 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 ਮੈਂ ਬਸ ਇਹੀ ਕਹਿਣਾ ਚਾਹੂੰਗੀ ਵੀ ਮਤਲਬ YouTube ਲਾਈਨ ਚ ਇਸ ਲਾਈਨ ਨੂੰ ਮਾੜਾ ਕਹਿ ਦਿੰਨੇ ਆ ਪਰ ਲਾਈਨ ਨਹੀਂ ਮਾੜੀ ਹੈਗੀ ਇਹ ਜਿਹੜੇ ਕਈ ਚੈਨਲਸ ਆ ਮਤਲਬ ਜਿਹੜੇ ਵੀਡੀਓ ਵੇਖਣ ਲਾਇਕ ਨਹੀਂ ਬਣਾਉਂਦੇ ਹਨ ਸਿਰਫ ਉਹਨਾਂ ਲਈ ਮਾੜੀ ਆ ਓਕੇ ਮਤਲਬ ਉਹਨਾਂ ਨੂੰ ਆਪਾਂ ਕਹਿ ਸਕਦੇ ਆ ਵੀ ਉਸ ਵੀਡੀਓ ਉਸ ਟਾਈਪ ਦੀਆਂ ਵੀਡੀਓ ਦੇਖ ਕੇ ਆਪਾਂ ਕਹਿ ਸਕਦੇ ਆ ਵੀ ਲਾਈਨ ਮਾੜੀ ਆ ਪਰ ਲਾਈਨ ਨਹੀਂ ਮਾੜੀ ਹੈਗੀ ਉਹ ਕ੍ਰिएਟਰ ਆਪ ਮਾੜੇ ओके ओके। ਵੀ ਵਧੀਆ ਵੀਡੀਓ ਬਣਾਉਣਾ ਹਨਾ ਵਧੀਆ ਪਰਿਵਾਰ ਜਿਹੜਾ ਬੈਠ ਕੇ ਦੇਖ ਸਕੇ। ਹੂੰ। ਬਸ ਇਹੋ ਦੀਆਂ ਵੀਡੀਓ ਬਣਾਓ ਆਪਦਾ ਕੰਮ ਚਲਾਓ। ਜੀ। ਜੀ। ਤੇ ਬਹੁਤ ਵਧੀਆ ਲੱਗਿਆ ਮਨਪ੍ਰੀਤ ਤੁਹਾਡੇ ਨਾਲ ਗੱਲਾਂ-ਬਾਤਾਂ ਕਰਕੇ। ਪਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ। ਜਿੰਨਾ ਤੁਸੀਂ 1 ਸਾਲ ਚੱਗੇ ਆਏ ਹੋ ਇਸ ਤੋਂ ਵੀ ਦੁੱਗਣਾ ਅੱਗੇ ਜਾਓ। ਤੁਹਾਨੂੰ ਬਹੁਤ ਸਾਰੀਆਂ ਮੂਵੀਜ਼ ਮਿਲਣ, ਬਹੁਤ ਸਾਰੀਆਂ ਫਿਲਮਾਂ ਮਿਲਣ, ਵੈਬ ਸੀਰੀਜ਼ ਦੇ ਵਿੱਚ ਕੰਮ ਕਰੋ ਤੇ ਤੁਹਾਡੀ ਐਕਟਿੰਗ ਦੇ ਵਿੱਚ ਹੋਰ ਵੀ ਜ਼ਿਆਦਾ ਨਿਖਾਰ ਆਵੇ। ਤੇ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਉਮੀਦ ਕਰਦੇ ਆ ਕਿ ਤੁਸੀਂ ਬਹੁਤ ਜਲਦੀ ਆਪਣਾ ਜਿਹੜਾ ਅੱਗੇ ਦਾ ਸਫਰ ਹੈ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਕਰੋਗੇ ਥੈਂਕ ਯੂ ਸੋ ਪਿਆਰੇ ਦੋਸਤੋ ਇਹ ਆਪਣੇ ਨਾਲ ਮਨਪ੍ਰੀਤ ਜਿਨ੍ਹਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੀ ਜ਼ਿੰਦਗੀ ਬਾਰੇ ਆਪਾਂ ਜਾਣਿਆ ਹਨਾ ਕਿ ਕਿਵੇਂ ਇੱਕ ਕੁੜੀ ਨੂੰ ਜਿਹੜੀ ਹੈਗੀ ਆਪਣੀ ਸਟਰਗਲ ਕਰਨੀ ਪੈਂਦੀ ਹੈ ਚਾਹੇ ਤੁਸੀਂ ਕਿਸੇ ਵੀ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਕਿਸੇ ਵੀ ਸੁਸਾਇਟੀ ਦੇ ਵਿੱਚ ਰਹਿੰਦੇ ਹੋ ਤੁਸੀਂ ਕਿੱਥੇ ਮਰਜੀ ਪਹੁੰਚ ਗਏ ਹੋ ਐਜੂਕੇਟਿਡ ਹੋ ਚੁੱਕੇ ਹੋ ਬਟ ਹਰ ਵਾਰ ਸਾਨੂੰ ਇਨਾਂ ਹੀ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਚਾਹੇ ਆਪਾਂ ਕਿਸੇ ਵੀ ਲਾਈਨ ਦੇ ਵਿੱਚ ਚਲੇ ਜਾਈਏ ਇਹ ਤਾਂ ਤੈਅ ਆ ਕਿ ਤੁਹਾਨੂੰ ਕੁਛ ਨਾ ਕੁਛ ਸੁਣਨਾ ਹੀ ਪਊਗਾ ਤੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਗੱਲਬਾਤ ਹੈ ਜਿਹੜੀ ਬਹੁਤ ਵਧੀਆ ਲੱਗੀ ਹੋਊਗੀ ਜਾਂਦੇ ਜਾਂਦੇ ਮੈਂ ਕਹਿਣਾ ਚਾਹੂੰਗੀ ਕਿ ਸਭ ਕੁਝ ਬਤਾਇਆ ਜਾਏਗਾ ਕਿਉਂ ਕੁਝ ਛਿਪਾਇਆ ਜਾਏਗਾ ਅਗਰ ਤੇਰੇ ਮੁਹੱਲੇ ਮੇ ਹੈ ਅਦਾਲਤ ਤਾਂ ਕੋਈ ਗਿਲਾ ਨਹੀਂ ਅਗਰ ਤੇਰੇ ਮੁਹੱਲੇ ਮੇ ਹੈ ਅਦਾਲਤ ਤਾਂ ਕੋਈ ਗਿਲਾ ਨਹੀਂ ਗਵਾ ਮੇਰੇ ਮੁਹੱਲੇ ਸੇ ਵੀ ਬੁਲਾਇਆ ਜਾਏਗਾ ਗਵਾ ਮੇਰੇ ਮੁਹੱਲੇ ਸੇ ਵੀ ਬੁਲਾਇਆ ਜਾਏਗਾ ਮਿਲਦੇ ਹਾਂ ਅਗਲੀ ਵਾਰ ਕਿਸੇ ਹੋਰ ਕਲਾਕਾਰ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸ਼ੁਬਾਖੀਰ